ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਦੀਪ। ਹਾਂਜੀ ਦੀਪ ਕੌਰ। ਦੀਪ ਕੌਰ, ਇਹ ਕੀ ਹੋਈ ਸਾਰੀ ਅੱਜ ਗੱਲ? ਗੱਲ ਇਹ ਕਿ ਦੋ ਜਣੇ ਆਏ, ਦੋ ਮੁੰਡੇ ਆਏ ਆ, ਤੇ ਇੱਕ ਤੇ ਇੱਧਰ ਸਕੂਟਰੀ ਲਾਉਂਦਾ ਤੇ ਇੱਕ ਭੱਜ ਕੇ ਆਇਆ ਵਾ। ਉਹ ਭੱਜ ਕੇ ਅੰਦਰ ਸਿੱਧਾ ਅੰਦਰ ਵੜ ਗਿਆ ਵਾ ਤੇ ਅੰਦਰ ਉਹਨੇ ਦਰਵਾਜ਼ਾ ਲੌਕ ਕਰ ਲਿਆ ਵਾ। ਤੇ ਬਾਅਦ ਚ ਅੱਗੋ ਪੁਲਿਸ ਆਈ ਆ ਤੇ ਅੱਗੋ ਬਾਰੀ ਖੋਲ ਕੇ ਉਹ ਭੱਜ ਜਾਂਦਾ ਮੁੰਡਾ। ਤੁਹਾਡੇ ਅੰਦਰ ਵਾ ਤੁਸੀਂ ਘਰ ਇਕੱਲੇ ਸੀ? ਹਾਂਜੀ ਮੈਂ ਘਰ ਇਕੱਲੀ ਹਾਂ। ਤੇ ਇਹ ਜਦੋਂ ਉਹ ਅੰਦਰ ਵੜਦਾ ਤੇ ਉਹ ਫਿਰ ਤੁਸੀਂ ਬਾਹਰ ਆ ਗਏ? ਹਾਂਜੀ ਮੈਂ ਡਰਦੀ ਬਾਹਰ ਭੱਜਾਂ, ਪਤਾ ਨਹੀਂ ਕਿਹੜਾ ਮੁੰਡਾ ਆ ਕੇ ਵੜ ਗਿਆ ਅੰਦਰ। ਅੰਦਰ ਉਹਨੇ ਕੁੰਡੀ ਲਾਉਣ ਦੀ ਕੋਸ਼ਿਸ਼? ਹਾਂਜੀ ਕੁੰਡੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕੁੰਡੀ ਨਹੀਂ ਲੱਗੀ ਹੈਗੀ। ਫਿਰ ਦਰਵਾਜ਼ਾ ਅੰਦਰ ਜਿਹੜੀ ਅਲਮਾਰੀ ਸੀਗੀ ਦਰਵਾਜ਼ਾ? ਨਹੀਂ ਲਮਾਰੀ ਨਹੀਂ, ਬਾਰੀ ਹੈਗੀ ਬਾਹਰ ਨੂੰ। ਹਾਂਜੀ ਤੇ ਉਧਰ ਦੀ ਫਿਰ ਬਾਰੀ ਖੋਲ ਕੇ ਤੇ ਉਧਰ ਨੂੰ ਭੱਜ ਗਏ ਆ। ਤੇ ਫਿਰ ਪੁਲਿਸ ਬਾਅਦ ਚ ਆਈ? ਹਾਂਜੀ ਪੁਲਿਸ ਵੀ ਆ ਗਈ ਮੌਕੇ ਤੇ, ਪੁਲਿਸ ਆ ਗਈ ਮੰਗਰ, ਪੁਲਿਸ ਆ ਗਈ ਇਹਨਾਂ ਦੇ। ਪੁਲਿਸ ਫਿਰ ਪਿੱਛਾ ਕੀਤਾ? ਹਾਂਜੀ ਪਿੱਛਾ ਕੀਤਾ ਪੁਲਿਸ ਨੇ। ਕੋਈ ਫਾਇਰਿੰਗ ਵੀ ਹੋਈ ਹੈ? ਹਾਂਜੀ ਫਾਇਰਿੰਗ ਵੀ ਹੋਈ ਹੈ। ਫੜੇ ਗਏ? ਹਾਂਜੀ ਫੜੇ ਗਏ। ਕਿੰਨੇ ਜਣੇ? ਦੋ ਜਣੇ ਫੜੇ। ਤੇ ਪੁਲਿਸ ਨੇ ਤੁਹਾਨੂੰ ਕੁਝ ਕਿਹਾ? ਪੁਲਿਸ ਨੇ ਕੁਝ ਨਹੀਂ, ਬਸ ਮੇਰਾ ਮੋਬਾਈਲ ਮੇਰੇ ਕੋ ਖੋ ਕੇ ਲੱਗ ਗਿਆ। ਹਾਂਜੀ ਮੈਂ ਤਾਂ ਭੋਗ ਤੋਂ ਗਈ ਤੇ ਉੱਥੇ ਸਾਨੂੰ ਮਗਰ ਫੋਨ ਗਿਆ ਵੀ ਮਗਰ ਪੁਲਿਸ ਆਈ ਹੈ। ਤੇ ਮੈਂ ਆਣ ਕੇ ਫਿਰ ਮੈਂ ਉੱਥੋਂ ਦਵਾ ਆ ਗਈ ਘਰ ਤੇ, ਘਰ ਆਉਂਦਿਆਂ ਨੂੰ ਪੁਲਿਸ ਘੇਰਾ ਇੱਥੇ ਵੀ ਬੜੀ ਖੜੀ ਸੀ ਸਾਰੇ, ਘੇਰਾ ਪਿਆ ਸੀ। ਹਾਂਜੀ ਤੇ ਮੇਰੀ ਨੂੰਹ ਨੂੰ ਗਲਤ ਪਲਤ ਬੋਲਦੇ ਸੀ। ਹਾਂਜੀ ਹਾਂਜੀ ਉਹ ਤੇ ਉਹ ਮੇਰੇ ਆਉਣ ਤੋਂ ਕਿਤਰੇ ਭੱਜ ਗਏ। ਹਾਂਜੀ ਮੇਰੇ ਆਉਂਦਿਆਂ ਨੂੰ ਤੇ ਕੋਈ ਨੀ ਗੱਲ ਬਾਤ ਇੱਥੇ, ਬਸ ਮੇਰੇ ਨਾਲ ਵਿਆਹ ਚੱਲਣੀ, ਮੇਰਾ ਇੱਕ ਮੋਬਾਈਲ ਖੋ ਕੇ ਲੱਗ ਗਈ। ਪੁਲਿਸ ਨੇ ਵੇਖਿਆ ਵੀ ਸੀ ਤੇ ਮੇਰੇ ਉਹਨਾਂ ਨਾਲ ਗੱਲ ਹੋਣ ਦੀ ਹੈ, ਪੁਲਿਸ ਵਾਲਿਆਂ ਨੇ ਮੇਰੇ ਹਸਬੰਡ ਨਾਲ ਗੱਲ ਕੀਤੀ ਹੋਈ ਸੀ ਮੈਨੂੰ ਪਤਾ ਲੱਗਾ, ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਪਰਿਉਂ ਆਉਣ ਡਿਆ ਲਾਲਾ ਲਾ ਇੱਧਰ ਹੋਣ ਡਈ ਆ, ਲਾਲਾ ਲਾ ਹੋਈ ਮੈਂ ਸਹਿ ਸਹਿ ਮੈਂ ਤੁਹਾਨੂੰ ਤੁਰਿਆ ਆ, ਇੱਧਰੋਂ ਭੱਜੇ ਜਾਂਦੇ ਆ ਕੁਛ ਇੱਥੋਂ ਦੀ ਮੈਂ ਅੱਗੇ ਨਿਕਲ ਕੇ ਕੁਛ ਉਧਰੋਂ ਨਹਿਰ ਵਾਲੇ ਬੰਨੇ ਵੀ ਆਉਣ ਡਏ ਨੇ, ਪੁਲਿਸ ਵਾਲੇ ਨਹਿਰ ਦੇ ਦੋ ਜਣੇ ਨਹਿਰ ਦੇ ਤੇ ਲਾਲਾ ਲਾ ਕਰਦੇ ਨੇ, ਕਹਿੰਦੇ ਉਹ ਗਾੜੀ ਗਾੜੀ ਦੋ ਭੱਜੇ ਜਾਂਦੇ ਨੇ, ਉਹਨੇ ਰੁਕ ਜਾਓ ਰੁਕ ਜਾਓ, ਉਦੋਂ ਉਹ ਪਰਾ ਚੱਲ ਗਏ ਆ ਡੇਰਿਆਂ ਵੱਲ, ਡੇਰਿਆਂ ਨੂੰ ਚੱਲ ਗਏ ਨੇ, ਉਹ ਡੇਰਿਆਂ ਨੂੰ ਤੁਰ ਗਏ ਨੇ, ਉਹ ਡੇਰਿਆਂ ਨੂੰ ਜੇ ਚੱਲ ਗਏ ਨੇ ਇਹਨਾਂ ਜਾ ਕੇ ਉਹਨਾਂ ਨੂੰ ਉਹ ਅੱਗੋਂ ਪੈ ਗਏ ਕੁਛ ਪਿੱਛੋਂ ਪੈ ਗਏ, ਉਹ ਫਿਰ ਖਲੋ ਗਏ ਨੇ, ਖਲੋ ਗਏ ਜਾ ਕੇ ਫਿਰ ਉਹ ਫਿਰ ਇਹਨਾਂ ਫਿਰ ਉੱਥੇ ਜਾ ਕੇ ਉਹਨਾਂ ਨੂੰ ਪਕੜ ਲਿਆ, ਉੱਥੇ ਗੋਲੀ ਗੋਲੀ ਚੱਲੀ ਹੈ, ਫੈਲ ਕੀਤੀ ਇਹਨਾਂ ਨਾਲ ਗੋਲੀ ਚੱਲੀ ਆ, ਫਿਰ ਮੁੜ ਕੇ ਬਾਅਦ 'ਚ ਭੌਂ ਕੇ ਜਦੋਂ ਇੱਥੇ ਆਏ ਜਾਂਦੇ ਮੈਂ ਉਦੋਂ ਮੈਂ ਵੀ ਸਹਿ ਇੱਥੇ ਆ ਗਿਆ, ਮੈਨੂੰ ਤੂੰ ਤੇਰੇ ਕੀ ਲੱਗਦੇ ਆ, ਮੈਂ ਮੇਰਾ ਭਰਾ ਹੈਗਾ ਡੇਰਾ ਆ, ਤੂੰ ਕਿੱਥੇ ਰਹਿੰਦਾ? ਮੈਂ ਪਿੰਡ ਰਹਿੰਦਾ, ਪਿੰਡ ਨਾਲ ਇੱਥੇ ਵੇਖ ਲਾ, ਇੱਥੇ ਤੇਰੇ ਡੇਰੇ ਦੇ ਵਿੱਚ ਤੁਹਾਡੇ 'ਤੇ ਉੱਥੇ ਬੰਦੇ ਭਾਲੇ ਤਿੰਨ ਘੰਟੇ ਨਾਲ ਭਾਲ ਛੜੇ ਆ, ਯਾਰ ਵੀ ਆਏ ਜ਼ਰੂਰ ਨੇ ਅਤੇ ਗਾਂ ਭੱਜ ਕੇ ਅੰਦਰ ਵੜੇ, ਮੈਂ ਪਈ ਹਾਂ ਲੰਮੇ ਇੱਥੇ ਲਾਗੇ ਮੰਜੀ ਰੱਖੀ ਸੀ, ਉੱਥੇ ਮੈਂ ਫੋਨ ਸੁਣ ਡਈ ਹਾਂ, ਉਹ ਸਿੱਧਾ ਅੰਦਰ ਵੜ ਗਿਆ ਮੁੰਡਾ, ਅੰਦਰ ਵੜ ਗਿਆ ਅਤੇ ਉਹਨੇ ਭੱਜ ਬੂਹਾ ਢੋਂਦਾ ਚਾਰਾ ਕੀਤਾ, ਜਦੋਂ ਪਿੱਛੋਂ ਵੇਖਿਆ ਵੀ ਬੰਦੇ ਚੜ੍ਹ ਜਾਣ ਅਤੇ ਉਹ ਭੱਜ ਕੇ ਬਾਰੀ ਥਾਂ ਛਾਲ ਮਾਰ ਕੇ ਲੰਘ ਗਿਆ, ਉਹ ਰੱਬੀ ਭੈਣ ਜੋ ਬਾਰੀਆਂ ਖੁੱਲੀਆਂ ਤਾਂ ਮੈਂ ਤਾਂ ਆਖਣਾ ਵੀ ਜਦੋਂ ਸਰੀਏ ਲਵਾਓ ਸਿਆਲ ਆ ਮੁੰਡਿਆ, ਇਹ ਚੰਗੀਆਂ ਨੀਗੀਆਂ ਭੈਣ ਚੋਰ ਇਸ ਤਰ੍ਹਾਂ ਕਰ ਖਤਰਨਾਕ ਰਹੇ, ਚਲੋ ਵੱਜੀ ਨਹੀਂ ਫਿਰ ਆਪਾਂ ਵੀ ਅੰਦਰ ਖਲੋਈਂਦਾ, ਉਹਨੇ ਮਾਰੀ ਛਾਲ ਬਾਹਰ, ਉਹ ਜਿਉਂ ਭੱਜੇ ਜਾਣ ਭਿਆਣੇ ਦੇ ਉਹ ਮੇਰੇ ਉੱਥੋਂ ਵਹਿੰਦੇ ਵੀ ਦੇ ਮੇਰੇ ਨਾਂਘੇ ਨੇ ਛਾਲਾਂ ਮਾਰਦੇ ਉਹਨਾਂ ਡੇਰਿਆਂ ਵੱਲ ਨੂੰ, ਅੱਗੋਂ ਲਾਲ ਕਰ ਫਿਰ ਉੱਥੇ ਜਾ ਕੇ ਪਕੜ ਲਿਆ, ਤਿੰਨ ਫੈਲ ਹੋਏ ਕੀਤੇ ਨੇ, ਇੱਕ ਨੇ ਇੱਥੇ ਰਾਹ ਜਿੱਥੇ ਕੀਤਾ, ਦੋ ਨੇ ਉੱਧਰ ਕੀਤੇ ਆ ਜਾ ਕੇ, ਆਹ ਤਿੰਨ ਫੈਲ ਹੋਏ ਨੇ, ਫਿਰ ਕਾਬੂ ਆ ਗਏ ਨੇ ਉਹ। ਹਾਂਜੀ ਹਾਂਜੀ ਆਹ ਵੇਖੋ ਪੁਲਿਸ ਆਈ ਸੀ ਚੈਕਿੰਗ ਕਰਕੇ ਗਏ ਆ, ਅਤੇ ਆਹ ਵੇਖੋ ਸਾਡੇ ਇੱਦਾਂ ਸਾਰੇ ਸਮਾਨ ਦੀ ਚੈਕਿੰਗ ਕੀਤੀ ਹੋਈ ਆ, ਤੇ ਪਰ ਉਹਨਾਂ ਨੂੰ ਕੁਝ ਵੀ ਇੱਥੋਂ ਬਰਾਮਦ ਨਹੀਂ ਹੈ ਹੋਇਆ ਹੈਗਾ, ਸਾਰਾ ਸਮਾਨ ਕਿਸ ਤਰ੍ਹਾਂ ਖਿਲ ਰਿਹਾ ਇਹ ਪੁਲਿਸ ਖਿਲਾਰ ਕੇ ਗਈ ਹੈ। ਹਾਂਜੀ ਆ ਸਾਰਾ ਸਮਾਨ ਜਿਹੜਾ ਮਾਰੀਆਂ ਮੂਰੀਆਂ ਉਹਨਾਂ ਖੋਲੀਆਂ ਹੋਣਾ, ਇੱਥੇ ਸਾਰਾ ਸਮਾਨ ਇਹ ਪੁਲਿਸ ਨੇ ਖਿਲਾਰਿਆ ਹੋਇਆ ਵਾ, ਚੈਕਿੰਗ ਕੀਤੀ ਹੋਈ ਰੂਮ ਦੀ, ਉਧਰ ਵੀ ਕੀਤੀ ਹੋਈ ਤੇ ਇਸ ਰੂਮ ਦੀ ਵੀ ਕੀਤੀ, ਪਰ ਉਹਨਾਂ ਨੂੰ ਕੁਝ ਬਰਾਮਦ ਨਹੀਂ ਹੋਇਆ ਇਥੋਂ। ਹਾਂਜੀ ਸਮਾਨ ਸਮੂਨ ਜਿਹੜਾ ਸਮਾਨ ਆ ਵੇਖੋ ਪੁਲਿਸ ਖਿਲਾਰ ਕੇ ਗਈ ਸਾਰੀ ਚੈਕਿੰਗ ਕਰਕੇ ਗਈ ਅਲਮਾਰੀ ਦੀ ਸਾਰੀ, ਇੱਧਰ ਵੀ ਕਰਕੇ ਗਈ ਹੈ, ਇੱਧਰ ਵੀ ਜਿਹੜੇ ਅੰਦਰ ਮੁੰਡਾ ਵੜਿਆ ਇੱਧਰ ਵੀ, ਹਾਂਜੀ ਇੱਧਰ ਵੀ, ਹਾਂਜੀ ਆਹ ਬਾਰੀ ਥਾਣੀ ਲੰਘ ਕੇ ਗਏ ਆ, ਹਾਂਜੀ ਜਿਹੜਾ ਗੈਂਗਸਟਰ ਭੱਜ ਕੇ ਗਿਆ ਬਾਰੀ ਥਾਣੀ ਭੱਜ ਕੇ ਗਿਆ ਇੱਕ ਜਣਾ, ਉੱਥੇ ਦੱਸੋ ਉੱਪਰ ਜਿਹੜੀ ਕੁੰਡੀ ਲਾਇਓ
हाँ जी जरा एक मुंडा अंदर वड़िया ही ना इतने अंदर उन्होंने कुंडी लाने की कोशिश की पर नहीं लगी हुई तो बाद चे आंधी निकल के आन भज गया वा हाँ जी आंधी भज के गया मुंडा हाँ जी पिछे लगी पुलिस आंधी भज के गया शेरदास चौबी न कोई इन्हों आपस में तू 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 मैं हुई दविंदर सिंह की बादशाह की भरा साबे की तो यह जो तू तू मैं करके घर चल गए इन्हें बारहों मुंडे मंगाए आ चार होर नाल मंगा के तो उन्होंने घर के कोल आकर उन्होंने फायर किए जी वो संबंध में अभी परचा देता सी जी परचा दे के दो गिरफ्तारियां रात हुई ने जी एक बादशाह पुत्र दर्शन सिंह एक प्रभजोत सिंह पुत्र गुरदीप सिंह दोवें हरद्वाल के ने जिहड़े हथियार बराबद करने बाकी आ ਅੱਜ ਇਹਨਾਂ ਦਾ ਮਾਡਲ ਹੈ ਹਥਿਆਰ ਪ੍ਰਾਪਤ ਕਰਾਂਗੇ ਸਰ ਜਿਹੜੇ ਉਹਨਾਂ ਅਸਲਾ ਨਾ ਵਰਤਿਆ ਗਿਆ ਉਹ ਜਾਇਜ਼ ਕਿ ਨਜਾਇਜ਼ ਇਹ ਤਾਂ ਫੜੇ ਜਾਣ ਤੇ ਪਤਾ ਲੱਗੂਗਾ ਜੀ ਇਹਨਾਂ ਨਜਾਇਜ਼ ਹੀ ਹੋਣਾ ਜਾਇਜ਼ ਤਾਂ ਹੈ ਜਮ੍ਹਾਂ ਕਰ ਲਿਆ ਅਸਾਂ ਕੱਲ ਇੱਕ ਨਿੱਜੀ ਚੈਨਲ ਤੇ ਖਬਰ ਚੱਲਦੀ ਕਿ ਮੁਕਾਬਲਾ ਕੀਤਾ ਤੇ ਝੋਨੇ 'ਚ ਦੌੜ ਦੇ ਫੜੇ ਤੇ ਝੋਨੇ 'ਚ ਤਾਂ ਦੌੜੇ ਪਰ ਮੁਕਾਬਲਾ ਕੋਈ ਨਹੀਂ ਹੋਇਆ ਨਾ ਸਾਡੇ ਲੋਕ ਕੋਈ ਪੁਲਿਸ ਪਾਰਟੀ ਲੋਕ ਫਾਇਰ ਕੀਤਾ ਗਿਆ ਨਾ ਇਹਨਾਂ ਲੋਕ ਕੋਈ ਗੋਲੀ ਨਹੀਂ ਚੱਲੀ ਕੋਈ ਗੋਲੀ ਨਹੀਂ ਚੱਲੀ ਜੀ ਤੇ ਦੌੜਦੇ ਆ ਫੜੇ ਦੌੜਦੇ ਆ ਫੜੇ ਲੋਕਾਂ ਨੇ ਫਵਾਹ ਡਾਤੀ ਵੀ ਮੁਕਾਬਲਾ ਹੋ ਗਿਆ ਜੀ ਝੂਠ ਫਵਾਹ ਨਾ ਪੁਲਿਸ ਕੋਲ ਕੋਈ ਹਥਿਆਰ ਇੱਕ ਗਨ ਮੈਂ ਨਹੀਂ ਸੀਗਾ ਉਹਦੇ ਕੋਲ ਸੀਗਾ ਬਾਕੀ ਪੁਲਿਸ ਖਾਲੀ ਹੱਥੀ ਤੇ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਮੌਕੇ ਤੋਂ ਕੋਈ ਨਹੀਂ ਮਿਲਿਆ ਜੀ ਤੇ ਹੁਣ ਕੀ ਮੁਕਦਮਾ ਦਰਜ ਹੋਇਆ ਹੁਣ ਮੁਕਦਮਾ ਇਹਨਾਂ ਤੇ ਦਰਜ ਹੋਇਆ ਜੀ ਜਿਹੜੀ ਪਹਿਲਾਂ 307 ਸੀ ਉਹਦੇ 'ਚ 109 ਆ 190 ਆ 191 ਜਿਮਨ 3 ਵਾ ਅਤੇ 355 ਜਿਮਨ 3 BNS 25 43 ਨਾਲ 18 ਐਕਟ ਲੱਗੀ ਇਹਨਾਂ ਤੇ ਅਦਾਲਤ 'ਚ ਪੇਸ਼ ਕਰਨ ਗਏ ਸਰ ਜੀ ਬਾਕੀ